पहला रुख करांगे सीएम चन्नी दा जिन्हां दी बठिंडा फेरी दौरान एक वीडियो वायरल हुई है ते इस ते मंजी ते बैठे सीएम चन्नी उसे मंजी ते डीएसपी पैर रखी खड़ा नजर आ रहा है। डीएसपी दी हरकत कैमरे दे विच कैद हो गई। एक वफद दे नाल मुलाकात कर रहे सी इस दौरान सीएम चन्नी। सो ये तस्वीरां तुसी वेखोगे जे गौर दे नाल तां पिछों तुहानू नजर आएगा कि जिस मंजी ते सीएम चन्नी बैठे ने उस इलाके दा डीएसपी उसे मंजी ते पैर रखी खड़ा। साडे सहयोगी देवानंद साडे नाल जुड़ चुके ने फोन लाइन ते। देवानंद दे वीडियो दस्या जा रहा है जिस नूं तुसी वेख भी रहे हां ते जानकारी मिल रही कि जिस मंजी ते सीएम साहब बैठे ने डीएसपी उसे ते पैर रखी बैठे ने। ਇਹ ਤਮਾਮ ਤਸਵੀਰਾਂ ਕਿਸ ਵੱਲ ਇਸ਼ਾਰਾ ਕਰਦੀਆਂ ਨੇ? ਲੋਕ ਕਦਰ ਨਹੀਂ ਕਰ ਪਾ ਰਹੇ ਜਾਂ ਫਿਰ ਇੰਨਾ ਲਾਈਟਲੀ ਲਿਆ ਜਾ ਰਿਹਾ ਜਾਂ ਫਿਰ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੋਈ ਕਾਰਵਾਈ ਨੂੰ ਲੈ ਕੇ ਕੁਝ ਹੋਰ ਕੰਮ ਕਾਰ ਚੱਲ ਰਿਹਾ? ਬਿਲਕੁਲ ਅਮਰ, ਤਾਂ ਦੱਸ ਦਈਏ ਕਿਉਂਕਿ ਪਹਿਲੀ ਗੱਲ ਤਾਂ ਪ੍ਰੋਟੋਕੋਲ ਜਦੋਂ ਸੀਐਮ ਸਾਹਿਬ ਉੱਥੇ ਮੰਜੀ ਤੇ ਬੈਠੇ ਨੇ ਇੱਕ ਡੀਐਸਪੀ ਦੱਸ ਦਈਏ ਕਿ ਡੀਐਸਪੀ ਜਿਹੜਾ ਆ ਗਿਆ ਉੱਥੇ ਲੱਤ ਰੱਖ ਕੇ ਮੰਜੀ ਦੇ ਉੱਤੇ ਖੜਾ ਤੇ ਲੇਕਿਨ ਦੱਸ ਕਿਉਂਕਿ ਇੱਕ ਤਰ੍ਹਾਂ ਦੀ ਬੇਇੱਜ਼ਤੀ ਮਹਿਸੂਸ ਕਰਨ ਵਾਲੀ ਗੱਲ ਆ ਕਿ ਸੀਐਮ ਸਾਹਿਬ ਬੈਠੇ ਉੱਤੇ ਲੱਤ ਰੱਖੀ ਜਾ ਰਹੀ ਹੈ, ਕਿਸੇ ਤਰ੍ਹਾਂ ਦਾ ਕੋਈ ਪ੍ਰੋਟੋਕੋਲ ਨਹੀਂ ਦੇਖਿਆ ਜਾ ਰਹਾ। ਤਮਾਮ ਅਧਿਕਾਰੀ ਵੀ ਉੱਤੇ ਖੜੇ ਨੇ, ਇਹ ਸਾਫ਼ ਨਜ਼ਰ ਆਉਂਦਾ ਕਿ ਪੁਲਿਸ ਅਧਿਕਾਰੀ ਆ ਜਿਹੜੇ ਕਿੰਨੀ ਕੁ ਉਹਨਾਂ ਦੀ ਇੱਜ਼ਤ ਕਰਦੇ ਨੇ, ਕਿੰਨਾ ਕੁ ਪ੍ਰੋਟੋਕੋਲ ਨੂੰ ਫੋਲੋ ਕਰਦੇ ਨੇ ਤੇ ਇਹ ਸੀਐਮ ਦੇ ਹੁੰਦੀ ਇਸ ਤਰ੍ਹਾਂ ਦੇ ਪ੍ਰੋਟੋਕੋਲ ਨੂੰ ਤੋੜਿਆ ਜਾਂਦਾ ਤੇ ਆਮ ਲੋਕਾਂ ਨਾਲ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੋਊਗੀ? ਕਿਉਂਕਿ ਇਸ ਵੇਲੇ ਬਠਿੰਡਾ ਵਿਖੇ ਜਿਹੜੀ ਕੱਲ੍ਹ ਇੱਕ ਵਫਦ ਨੂੰ ਜਿਹੜੇ ਸੀਐਮ ਉੱਥੇ ਮਿਲੇ ਸੀ ਤੋਂ ਇੱਕ ਡੀਐਸਪੀ ਜਿਹੜਾ ਉਹਦੇ ਮੰਜੇ ਤੇ ਲੱਤ ਰੱਖ ਕੇ ਖੜਾ ਤੇ ਕਿਉਂਕਿ ਦੇਖਣ ਵਾਲੇ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜੇ ਸੀਐਮ ਨੇ ਉਹਨੂੰ ਲੋਕ ਆ ਜਿਹੜਾ ਕਿਸ ਤਰ੍ਹਾਂ ਨਿਗਾਹ ਨਾਲ ਦੇਖ ਰਹੇ ਨੇ ਤੇ ਕਿਸ ਤਰ੍ਹਾਂ ਲੋਕਾਂ 'ਚ ਵੀ ਇਸ ਗੱਲ ਦੀ ਬਹੁਤ ਜ਼ਿਆਦਾ ਲੋਕ ਇਸ ਗੱਲ ਨੂੰ ਕਹਿ ਰਹੇ ਨੇ ਕਿ ਗਲਤ ਹੈ ਕਿ ਡੀਐਸਪੀ ਨੂੰ ਇੰਨਾ ਹੀ ਚਾਹੀਦਾ ਸੀ ਕਿਉਂਕਿ ਚਾਹੇ ਸੀਐਮ ਉੱਥੇ ਮੰਜੀ ਤੇ ਬੈਠੇ ਨੇ ਆਮ ਲੋਕਾਂ ਨੂੰ ਆਮ ਲੋਕਾਂ ਵਾਂਗ ਮਿਲ ਰਹੇ ਨੇ ਤੇ ਇਹਨਾਂ ਦੀ ਇੱਜ਼ਤ ਕਰਨਾ ਸਭ ਤੋਂ ਪਹਿਲਾ ਫਰਜ਼ ਬਣਦਾ। ਆਮ ਲੋਕ ਤੇ ਇੱਜ਼ਤ ਕਰ ਰਹੇ ਨੇ, ਸੀਐਮ ਆਮ ਲੋਕਾਂ ਨੂੰ ਵੀ ਜਰਜਾ ਮਿਲ ਰਹੇ ਨੇ। ਚਾਹੇ ਬਠਿੰਡਾ ਦੀਆਂ ਲੈਕਾਂ ਵੀਡੀਓ ਕਾਲ ਵਾਇਰਲ ਹੋਈਆਂ, ਸੀਐਮ ਨੇ ਇੱਕ ਵਿਆਹ ਤੇ ਜੋੜੇ ਨੂੰ ਸ਼ਗਨ ਦਿੱਤਾ ਲੇਕਿਨ ਉੱਥੇ ਇੱਕ ਵਫਦ ਨੂੰ ਜਦੋਂ ਮੰਜੇ ਤੇ ਬਹਿ ਕੇ ਮਿਲੇ ਤੇ ਇੱਕ ਡਿਪਟੀ ਨੇ ਡੀਐਸਪੀ ਨੇ ਜਿਹੜੇ ਉੱਥੇ ਮੰਜੇ ਤੇ ਲੱਤ ਰੱਖ ਕੇ ਖੜੇ ਨੇ ਇਹ ਕਿਸ ਤਰ੍ਹਾਂ ਇਸ਼ਾਰਾ ਕਰਦੀਆਂ ਨੇ ਕਿ ਇੱਕ ਪ੍ਰੋਟੋਕੋਲ ਨੂੰ ਤੋੜਿਆ ਜਾ ਰਿਹਾ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹ ਕਿੰਨਾ ਕੁ ਸੁਜੇਦਾ ਨੇ ਕਿ ਆਪਦੀ ਜ਼ਿੰਮੇਵਾਰੀ ਲਈ ਤੇ ਕਿੰਨੇ ਕੁ ਕਾਰਵਾਈ ਲਈ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਜਾ ਰਿਹਾ ਕਿ ਅਸੀਂ ਇਸ ਵੱਲ ਧਿਆਨ ਦੇ ਰਹੇ ਹਾਂ ਤੇ ਡੀਐਸਪੀ ਨਾਲ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਲੇਕਿਨ ਫਿਰ ਵੀ ਐਸਐਸਪੀ ਬਠਿੰਡਾ ਨਾਲ ਗੱਲ ਕਰਨੀ ਚਾਹੀਦਾ ਇਹਨਾਂ ਨੂੰ, ਉਹਨਾਂ ਨਾਲ ਗੱਲ ਕੀਤੀ ਦਾ ਲੇਕਿਨ ਹਜੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਅਧਿਕਾਰੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਜੀ। ਬਿਲਕੁਲ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ, ਬਣਦੀ ਕਾਰਵਾਈ ਹੋਣੀ ਵੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਤਸਵੀਰਾਂ ਜ਼ਾਹਿਰ ਤੌਰ ਤੇ ਜੋ ਪ੍ਰੋਟੋਕਾਲ ਹੈ ਉਸ ਦੀਆਂ ਵੀ ਧੱਜੀਆਂ ਆਉਂਦੀਆਂ ਨੇ ਤੇ ਸੀਐਮ ਪੰਜਾਬ ਦੀ ਜੋ ਗਰਿਮਾ ਹੈ ਉਸ ਨੂੰ ਵੀ ਠੇਸ ਪਹੁੰਚਾਉਂਦੀਆਂ ਨੇ। ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਜ਼ੇਬ ਆਉਣਾ ਚਾਹੀਦਾ ਹੈ। ਬਹੁਤ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਤੁਹਾਡਾ।